ਬਹਾਰਾਂ ਪੰਜਾਬ ਦੀ ਇਹ ਜਨਵਰੀ 4 ਜਨਵਰੀ ਦੇ ਫਿਕਰ ਹੈ ਹੋਰ ਵੀ ਬਹੁਤ ਘੱਟ ਸਪੀਡ ਨਾਲ ਥੱਲੇ ਨੂੰ ਜਾ ਰਹੇ ਆਪਾਂ ਸਾਰੇ ਸੋਚੋ ਆਪਾਂ ਆਪਣੇ ਪਿੰਡਾਂ ਜਾਓ ਗਰੀਬੀ ਨੂੰ ਜੱਫੀ ਪਾਓ ਜਾ ਕੇ ਤੁਹਾਨੂੰ ਬਹੁਤ ਆਨੰਦ ਆਏਗਾ ਮੈਂ ਦਰਸ਼ਕਾਂ ਦੱਸਦਾ ਜਾਵਾਂ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਭਰੂਣ ਹੱਤਿਆ ਤੇ ਸਾਡੇ ਮਹਿਮਾਨ ਬੈਠੇ ਨੇ ਤੁਹਾਡੀ ਗੱਲਬਾਤ ਚੱਲ ਰਹੀ ਹੈ ਤੇ ਕਾਲਰ ਲਾਈਨ ਤੇ ਵੇਟ ਕਰ ਰਹੇ ਨੇ ਹੈਲੋ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੌਣ ਵੀਰ ਬੋਲ ਮੈਂ ਮਲਕੀਤ ਸਿੰਘ ਬੋਲਦਾ ਜੀ ਸਲਾਹ ਤੋਂ ਸਲਾਹ ਤੋਂ ਮਲਕੀਤ ਸਿੰਘ ਜੀ ਆਏ ਕਹਿੰਦੇ ਆ ਕੀ ਕਹਿਣਾ ਚਾਹੁੰਦੇ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਸੀ ਭਾਜੀ ਤੁਸੀਂ ਉਦਾਂ ਗੁਰੂਆਂ ਦੀਆਂ ਗੱਲਾਂ ਕਰਦੇ ਆ ਸਿੱਖੀ ਦੀਆਂ ਗੱਲਾਂ ਕਰਦੇ ਆ ਤਾਂ ਵਿੱਚ ਇਹ ਪੰਡਿਤਾਂ ਦੀ ਤੁਸੀਂ ਐਡਵਰਟਾਈਜ਼ ਕਰੀ ਜਾਂਦੇ ਆ ਪੰਡਿਤ ਕਿੱਥੋਂ ਆਏ ਜੀ ਤੁਸੀਂ ਦੱਸ ਕੇ ਹਨੇ ਆ ਜੀ ਹਾਂਜੀ ਤੁਸੀਂ ਕਹਿੰਦੇ ਆ ਪੰਡਿਤ ਨੂੰ ਪੁੱਛੋ ਆ ਉਦੋਂ ਤੁਸੀਂ ਮਹਾਰਾਜ ਦੀ ਗੱਲਾਂ ਕਰਦੇ ਆ ਸਿੱਖਾਂ ਦੀਆਂ ਗੱਲਾਂ ਕਰਦੇ ਆ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਬੰਦੇ ਨੇ ਮੰਨਣਾ ਹੁੰਦਾ ਉਹੀ ਮੰਨਦੇ ਨੇ ਨਹੀਂ ਉਦਾਂ ਤੁਸੀਂ ਸਿੱਖਾਂ ਦੀਆਂ ਗੱਲਾਂ ਕਰੀ ਜਾਂਦੇ ਆ ਹਨਾ ਜਾਂ ਤਾਂ ਤੁਸੀਂ ਸਿੱਖੀ ਚ ਇਦਾਂ ਹੁਣ ਆਪਣੇ ਬੰਦਿਆਂ ਦੇ ਵਿੱਚ ਭੁਲੇਖੇ ਪੈਂਦੇ ਆ ਤੁਸੀਂ ਤਾਂ ਹੀ ਤਾਂ ਕੋਈ ਮਹਾਰਾਜ ਵਿਸ਼ਵਾਸ ਨਹੀਂ ਕਰਦਾ ਹੈਗਾ ਤੁਸੀਂ ਇਹ ਦੱਸੋ ਬ੍ਰਾਹਮਣਾਂ ਦੇ ਫੇਰੀ ਜਾਂਦੇ ਆ ਨਹੀਂ ਨਹੀਂ ਜਿਹੜੇ ਫੇਰਨਾ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ ਐਡਵਰਟਾਈਜ਼ ਕਰਦੇ ਆ ਨਾ ਉਹ ਹੀ ਭੁਲੇਖੇ ਚ ਪਾਉਂਦੇ ਆ ਲੋਕਾਂ ਨਹੀਂ ਨਹੀਂ ਲੋਕਾਂ ਨੂੰ ਕੋਈ ਭੁਲੇਖੇ ਚ ਨਹੀਂ ਮੈਂ ਪਾ ਰਿਹਾ ਇਹ ਤੁਹਾਡੀ ਆਪਣੀ ਸੋਚ ਹੈ ਔਰ ਤੁਹਾਡੇ ਵਰਗੇ ਵੀਰ ਉੱਥੇ ਜਾ ਕੇ ਬੈਠੇ ਨੇ ਪੰਡਤ ਕੋ ਅੱਛਾ ਜੀ ਹਾਂਜੀ ਤੁਸੀਂ ਐਡਵਰਟਾਈਜ਼ ਕਰਦੇ ਆ ਤੁਸੀਂ ਨਹੀਂ ਬੰਦੇ ਜਾ ਨਹੀਂ ਮੇਰੀ ਗੱਲ ਸੁਣੋ ਪੇਪਰਾਂ ਦੇ ਵਿੱਚ ਪ੍ਰੋਗਰਾਮ ਤੇ ਤੁਸੀਂ ਉਹਨਾਂ ਦੀ ਐਡਵਰਟਾਈਜ਼ ਕਰਦੇ ਆ ਤਾਂ ਅਸੀਂ ਬੈਠੇ ਦੇਖੋ ਤਾਂ ਹੀ ਮੈਂ ਫੋਨ ਕੀਤਾ ਕਰਕੇ ਮੈਂ ਉਹਨਾਂ ਦੇ ਕੋਲ ਬੈਠਾ ਆ ਇਹ ਗੱਲ ਦੇ ਖਿਲਾਫ ਬੋਲਣ ਲਈ ਨਹੀਂ ਨਹੀਂ ਵੈਰੀ ਗੁੱਡ ਤੁਹਾਡੀ ਸੋਚ ਤੁਹਾਡੇ ਨਾਲ ਆ ਤੁਸੀਂ ਗੁਰੂ ਘਰ ਜਾਓ ਤੇ ਦੇਖੋ ਤੁਸੀਂ ਉਹ ਟੀਵੀ ਤੇ ਲਾਈਵ ਬੋਲ ਰਹੇ ਨਾ ਫੋਨ ਨਾ ਕੱਟਿਓ ਓਕੇ ਬੋਲਣ ਦਾ ਢੰਗ ਕਰੋ ਸਾਡੇ ਵਰਗੇ ਵੀਰ ਜਾ ਕੇ ਬੈਠੇ ਆ ਨਹੀਂ ਤੁਹਾਡਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਜਿਨ੍ਹਾਂ ਨੇ ਵਿਸ਼ਵਾਸ ਕਰਨਾ ਉਹ ਪੰਡਤਾਂ ਤੇ ਵੀ ਕਰਦੇ ਨੇ ਗੁਰੂ ਘਰ 'ਚ ਵੀ ਕਰਦੇ ਨੇ ਮੰਦਰਾਂ 'ਚ ਵੀ ਕਰਦੇ ਨੇ ਮਸਜਿਦਾਂ ਤੇ ਵੀ ਕਰਦੇ ਨੇ ਕਈ ਪੱਥਰਾਂ 'ਚ ਵੀ ਰਾਪਾ ਲੈਂਦੇ ਨੇ ਗੱਲ ਕਰਦੇ ਆ ਸਿੱਖਾਂ ਦੀ ਤੁਸੀਂ ਗੁਰੂਆਂ ਦੀ ਗੱਲ ਕਰਦੇ ਮੈਂ ਸਿੱਖਾਂ ਨੂੰ ਨਹੀਂ ਕਹਿ ਰਿਹਾ ਕਿ ਤੁਸੀਂ ਪੰਡਤਾਂ ਦੇ ਕੋਲ ਜਾਓ ਜੀ ਸਾਹਿਬ ਬੈਠੇ ਆ ਇਹ ਹੈਗੇ ਆ ਗੁਰਦੁਆਰਾ ਦੇ ਉੱਤੇ ਲੀਡਰ ਗਰੁੱਪ ਲੀਡਰ ਹਾਂ ਜੀ ਹਾਂਜੀ ਹਾਂਜੀ ਤਾਂ ਵਿੱਚੇ ਤੁਸੀਂ ਪੰਡਤਾਂ ਦੀਆਂ ਗੱਲਾਂ ਕਰੀ ਮੇਰੀ ਗੱਲ ਸੁਣ ਪੰਡਤਾਂ ਦੀਆਂ ਐਡਾਂ ਚੱਲਦੀਆਂ ਜਿਹੜੇ ਪੈਸੇ ਦਿੰਦੇ ਆ ਚੈਨਲ ਚੱਲਦੇ ਨੇ ਬਾ ਆ ਗੱਲ ਹੋਈ ਨਾ ਫਿਰ ਰਾਜਾ ਤਾਂ ਤੁਸੀਂ ਜਿਨ੍ਹਾਂ ਨੇ ਤੁਸੀਂ ਕੀ ਸਪੋਰਟ ਕਰ ਰਹੇ ਹੋ ਤੁਹਾਡੀ ਕੀ ਸਪੋਰਟ ਹੈ ਜੀ ਦੇਖੋ ਜੀ ਅਸੀਂ ਮਹਾਰਾਜ ਦੇ ਵਿਸ਼ਵਾਸ ਕਰਦੇ ਹਾਂ ਅਸੀਂ ਬਿਲਕੁਲ ਤੁਸੀਂ ਤੇ ਤੁਸੀਂ ਬਸ ਮਹਾਰਾਜ ਦੇ ਦੇਖੋ ਆ ਸਾਡੇ ਵੀਰ ਆਏ ਨੇ ਤੁਸੀਂ ਫਿਰ ਕੋਲਰਾਂ ਨੂੰ ਕਨਫਿਊਜ਼ ਨਹੀਂ ਕਰਦੇ ਹੈਗੇ ਮੇਰੀ ਗੱਲ ਸੁਣੋ ਆ ਸਾਡੇ ਵੀਰ ਆਏ ਨੇ ਤਾਂ ਕੋ ਕਿ ਹਾਂ ਵੀ ਉਹਨਾਂ ਨੇ ਪੈਸੇ ਦਿੱਤੇ ਆ ਤਾਂ ਸਪਾਂਸਰ ਕਰਦੇ ਆ ਤਾਂ ਅਸੀਂ ਕਰਦੇ ਉਹਨਾਂ ਦੀ ਐਡਵਰਟਾਈਜ਼ ਦੇਖੋ ਤੁਸੀਂ ਹੁਣ ਪ੍ਰੋਗਰਾਮ ਜਿਹੜੇ ਚੱਲਦੇ ਪੈਸੇ ਨਾਲ ਚੱਲ ਰਹੇ ਨੇ ਨਹੀਂ ਫਿਰ ਸਿੱਧੀ ਗੱਲ ਕਰੋ ਨਾ ਤੁਸੀਂ ਇਦਾਂ ਨਾ ਕੋ ਮੇਰੇ ਵਰਗੇ ਬੈਠੇ ਹੋ ਤੇ ਵੀਰ ਆ ਕੇ ਤੁਸੀਂ ਕੋ ਉਹਨਾਂ ਨੇ ਪੈਸੇ ਦਿੱਤੇ ਆ ਤਾਂ ਉਹਨਾਂ ਦੇ ਇਹ ਨਹੀਂ ਨਹੀਂ ਮੈਂ ਤੁਹਾਨੂੰ ਸਾਫ਼ ਕਹਿ ਰਿਹਾ ਮੈਂ ਹੁਣ ਜਿਸ ਕਿਸੇ ਨੂੰ ਕਹਿ ਰਿਹਾ ਤਾਂ ਉਹ ਇਹ ਕਹਿ ਰਿਹਾ ਕਿ ਜਿਨ੍ਹਾਂ ਨੇ ਮੰਨਣਾ ਉਹ ਮੰਨਣ ਪੰਡਤਾਂ ਨੂੰ ਨਹੀਂ ਆਪਾਂ ਮੰਨਣ ਦੀ ਗੱਲ ਨਹੀਂ ਕਰਦੇ ਹੈਗੇ ਕਾਦੇ ਮੰਨੀਏ ਜਾਂ ਅਸੀਂ ਸਿੱਖਿਆ ਤਾਂ ਅਸੀਂ ਪੰਡਤਾਂ ਨੂੰ ਨਹੀਂ ਨਹੀਂ ਤੁਸੀਂ ਅੱਜ ਦੇ ਵਿਸ਼ੇ ਤੇ ਗੱਲ ਕਰੋ ਤੁਸੀਂ ਮੈਂ ਕਹਿੰਦਾ ਸਿੱਖਾਂ ਦੇ ਵਿੱਚ ਭਲੇਖਾ ਤੁਸੀਂ ਪਾਉਨੇ ਆ ਤੁਸੀਂ ਅਸੀਂ ਭਲੇਖਾ ਨਹੀਂ ਪਾਉਂਦੇ ਹੁਣ ਸਾਡੇ ਵੀਰ ਆ ਉਹ ਕਲੀਨ ਸ਼ੇਪ ਨੇ ਜਿਹੜੇ ਉਹ ਕੰਮ ਕਰ ਰਹੇ ਉਹ ਸ਼ਲਾਘਾਯੋਗ ਹੈ ਕਲੀਨ ਸ਼ੇਪ ਅਸੀਂ ਕਲੀਨ ਸ਼ੇਪ ਨੂੰ ਕੁਝ ਕਹਿੰਦੇ ਤੁਹਾਨੂੰ ਹਾਂ ਤੇ ਫੇ ਕੀ ਪਤਾ ਪੰਡਤ ਆ ਬੰਦੇ ਬੁਲਾਉਂਦੇ ਆ ਇਹ ਆਪ ਸਿੱਖਾਂ ਨੂੰ ਮੰਨਦੇ ਆ ਗੁਰੂਆਂ ਨੂੰ ਮੰਨਦੇ ਆ ਹਾਂਜੀ ਵੀਰ ਜੀ ਕਿਉਂਕਿ ਸਾਡੇ ਕੋ ਇਹੋ ਜਿਹਾ ਸਮਾਂ ਕਿ ਫालतू ਗੱਲਾਂ ਲਈ ਬੜਾ ਨਹੀਂ ਹੁੰਦਾ ਬਾਕੀ ਇਦਾਂ ਹੁੰਦੀ ਕਿ ਗੱਲ ਜਦੋਂ ਤੁਸੀਂ ਜਿਸ ਵਿਸ਼ੇ ਤੇ ਚੱਲਦੀ ਹੋਵੇ ਉਸ ਵਿਸ਼ੇ ਤੇ ਹੀ ਕਰਨੀ ਚਾਹੀਦੀ ਤੇ ਬਹੁਤ ਸਾਰੇ ਵੀਰ ਆਉਂਦੇ ਨੇ ਹਾਂਜੀ ਤੇ ਗੱਲ ਹੁੰਦੀ ਕਿ ਆਪ ਆਪਣੇ ਕੋਲ ਵੱਖ-ਵੱਖ ਸੁਭਾਅ ਦੇ ਮਾਲਕ ਹੁੰਦੇ ਨੇ ਤੇ ਜੇ ਅਸੀਂ ਜਾਤ-ਪਾਤ ਧਰਮ ਦੇ ਪਿੱਛੇ ਤੁਰੀਏ ਤੇ ਇਹ ਗੱਲਾਂ ਬਹੁਤ ਪਾਸੇ ਲੈ ਜਾਣਗੀਆਂ ਤੇ ਆਓ ਆਪਾਂ ਫਿਰ ਮੁੜ ਕੇ ਉੱਥੇ ਆਉਂਦੇ ਆ ਤੇ ਕੁਲਵੰਤ ਜੀ ਤੁਹਾਡਾ ਆਖਰੀ ਮੈਸੇਜ ਆਪਣੇ ਕਾਲਰ ਵਾਸਤੇ ਮਤਲਬ ਕੀ ਆਪਣੇ ਦਰਸ਼ਕਾਂ ਵਾਸਤੇ ਜੀ ਮੈਂ ਹਰ ਪੰਜਾਬੀ ਨੂੰ ਮੈਂ ਤਾਂ ਹਰ ਇੰਡੀਅਨ ਨੂੰ ਬੇਨਤੀ ਕਰ ਸਕਦਾ ਹੱਥ ਜੋੜ ਕੇ ਕਿਸੇ ਸਾਧ ਸੰਤ ਨੂੰ ਪੈਸਾ ਨਾ ਦਿਓ ਆਪਣੇ ਹੱਥੀਂ ਆਪਣੇ ਪਿੰਡ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਜਿਹਨੂੰ ਵਿਰਸਾ ਕਹਿੰਦੇ ਆ ਉਹ ਪਿੰਡਾਂ 'ਚ ਹੈ ਆਪਣੇ ਬੱਚਿਆਂ ਨੂੰ ਗਰੀਬੀ ਦਿਖਾਓ ਅਤੇ ਗਰੀਬੀ ਨੂੰ ਜੱਫੀ ਪਾਓ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਅਤੇ ਤੁਹਾਨੂੰ ਬਹੁਤ ਆਨੰਦ ਆਏਗਾ ਬਹਾਰਾਂ ਪੰਜਾਬ ਦੀਆਂ